ਸ਼੍ਰੀ ਮੁਕਤਸਰ ਸਾਹਿਬ ਵਿੱਚ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੇ ਪਤੀ ਪਤਨੀ ਨੂੰ ਦੋ ਜੋੜਿਆਂ ਸਮੇਤ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਸ਼੍ਰੀ ਮੁਕਤਸਰ ਸਾਹਿਬ ਦੇ ਕੱਚਾ ਥਾਂਦੇ ਵਾਲਾ ਰੋਡ ਸਥਿਤ ਨਾਨਕਪੁਰਾ ਮੁਹੱਲੇ ਸਥਿਤ ਇੱਕ ਪਤੀ ਪਤਨੀ ਨੂੰ ਦੇਹ ਵਪਾਰ ਦਾ ਧੰਦਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਛਾਪੇ ਦੌਰਾਨ ਦੋ ਜੋੜਿਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਮੌਕੇ 'ਤੇ ਕਾਬੂ ਕਰ ਲਿਆ। SHO ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹ ਕਾਲਾ ਧੰਦਾ ਕਰਾਉਣ ਵਾਲੇ ਘਰ ਦੇ ਮਾਲਕ ਪਤੀ ਪਤਨੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸਾਡੇ ਕੋਲ ਅੱਜ ਗੁਪਤ ਸੂਚਨਾ ਮਿਲੀ ਸੀਗੀ ਕਿ ਮਲਕੀਤ ਸਿੰਘ ਨੀਟਾ ਅਤੇ ਉਸਦੀ ਪਤਨੀ ਸਿਮਰਨ ਕੌਰ ਜਿਹੜੀ ਹੈਗੀ ਹੈ ਉਹ ਕੱਚਾ ਥਾਂਦੇ ਵਾਲਾ ਰੋਡ 'ਤੇ ਨਾਨਕਪੁਰਾ ਬਸਤੀ ਹੈ ਜਿਹਦੇ ਵਿੱਚ ਉਹ ਇੱਕ ਚਕਲਾ ਘਰ ਚਲਾਉਂਦੇ ਆ। ਜਿਸ ਸੰਬੰਧੀ ਅਸੀਂ ਕਾਰਵਾਈ ਕਰਦੇ ਹੋਏ ਗੁਪਤ ਸੂਚਨਾ ਦੇ ਆਧਾਰ 'ਤੇ ਅਸੀਂ ਉੱਥੇ ਰੇਡ ਕਰੀ ਸੀ। ਜੋ ਰੇਡ ਦੌਰਾਨ ਅਸੀਂ ਉੱਥੇ ਜਿਹੜੇ ਹੈਗੇ ਆ ਕੁੱਲ 3 ਜੈਂਟਸ 3 ਲੇਡੀਜ਼ ਜਿਹੜੇ ਹੈਗੇ ਉਹ ਅਸੀਂ ਗਲਤ ਅਵਸਥਾ ਵਿੱਚ ਪਾਏ ਸੀ, ਜਿਨ੍ਹਾਂ ਨੂੰ ਅਸੀਂ ਅਰੈਸਟ ਕੀਤਾ ਔਰ ਉਸ ਵਿਆਪ 'ਤੇ ਅਸੀਂ ਜਿਹੜੀ ਹੈਗੀ ਆ ਫੇਅਰ ਲੌਜ ਕਰਕੇ ਅਤੇ ਅਗਲੀ ਤੁਤੀਜ਼ ਜਿਹੜੀ ਹੈ। ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਢੁੱਡੀ ਦੀ ਰਿਪੋਰਟ।